ਕਿ ਜ਼ਮੀਨ ਪਾਟ ਗਈ ਜਦਨ ਜਦਨ ਕੈਮਰਾ ਘੁੰਮਦਾ ਉਹਦਾ ਹੀ ਘੁੰਮੀ ਜਾਣਾ ਤੁਸੀਂ ਥੰਮ ਵੀ ਜਿਹੜੇ ਥੋਂ ਉਡਾ ਉਡਾ ਕੇ ਦੂਰ ਸੁੱਟ ਦਿੱਤੇ ਸੋ ਲੰਗਰ ਹਾਲ ਦੇ ਵਿੱਚ ਇੱਕ ਨਲਕਾ ਹੈ ਜੀ ਉਹ ਦਰਖਤ ਲੋਕਾਂ ਦੇ ਵੇਂਦਿਆਂ ਵੇਂਦਿਆਂ ਹੀ ਜ਼ਮੀਨ ਦੇ ਥੱਲੇ ਜਾਣੇ ਸ਼ੁਰੂ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਨੇ ਨਵੀਂ ਯਾਤਰਾ ਤੇ ਤੋਰਿਆ ਹੈ ਪੰਜਾਬ ਤੋਂ ਸ੍ਰੀ ਹਜੂਰ ਸਾਹਿਬ ਨੂੰ ਇਸ ਵਾਰ ਰੂਟ ਕੁਛ ਅਲੱਗ ਹੈ ਰਾਜਸਥਾਨ ਦੇ ਵਿੱਚ ਐਸ ਵੇਲੇ ਅਸੀਂ ਖੜੇ ਹਾਂ ਸੰਗਤ ਜੀ ਜਿਸ ਥਾਂ ਤੇ ਅਸੀਂ ਖੜੇ ਹਾਂ ਇਹ ਇਤਿਹਾਸ ਤੁਸੀਂ ਸ਼ਾਇਦ ਪਹਿਲਾਂ ਕਦੀ ਨਹੀਂ ਸੁਣਿਆ ਹੋਏਗਾ 1958 ਦੇ ਵਿੱਚ ਇੱਥੇ ਧਰਤੀ ਪਾਟ ਗਈ ਸੀ ਇਹ ਪਿੰਡ ਵਾਲਿਆਂ ਦਾ ਕਹਿਣਾ ਹੈ ਕੀ ਹੋਇਆ ਸੀ ਉਹ ਤੁਹਾਨੂੰ ਸਾਰਾ ਦੱਸਦੇ ਆ ਤੇ ਨਾਲ ਹੀ ਇੱਥੇ ਹੁਣ ਮੰਦਿਰ ਵੀ ਬਣਿਆ ਹੋਇਆ ਹੈ ਇੱਥੇ ਹੀ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਤੇ ਜਿੱਥੇ ਆਪਾਂ ਖੜੇ ਆ ਆ ਵੇਖੋ ਕਿੰਨੀ ਸੋਹਣੀ ਫਸਲ ਹੈ ਇੱਥੇ ਸਰੋਂ ਦੀ तकरीबन ਇੱਕ ਬੰਦੇ ਜਿੰਨੀ ਉੱਚੀ ਬਹੁਤ ਸੋਹਣੀ ਪਲੀ ਵਧੀਆ ਫਸਲ ਹੈ ਇਹ ਇਲਾਕਾ ਰਾਜਸਥਾਨ ਦਾ ਅਸੀਂ ਖੜੇ ਆਂ ਸ਼੍ਰੀ ਗੰਗਾ ਨਗਰ ਤੋਂ 50 ਕਿਲੋਮੀਟਰ ਅੱਗੇ ਇਹੀ ਰੋਡ ਅੱਗੇ ਸਿੱਧਾ ਸੂਰਤਗੜ ਨੂੰ ਤੇ ਬੀਕਾਨੇਰ ਵੱਲ ਨੂੰ ਜਾਂਦਾ ਹੈ ਉਸ ਰੋਡ ਤੋਂ तकरीबन 2 ਕਿਲੋਮੀਟਰ ਦੂਰ ਇਹ ਪਿੰਡ ਹੈ ਜੀ ਪਿੰਡ ਦਾ ਨਾਂ ਹੈ ਟਾਬਾਂ ਚਲਾਰ ਸੋ ਇੱਧਰ ਮੰਦਰ ਹੈ ਜੀ ਗੁਰਦੁਆਰਾ ਸਾਹਿਬ ਸ਼੍ਰੀ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਆ ਆਪਾਂ ਗੁਰਦਵਾਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਫਿਰ ਪਿੱਛੇ ਚੱਲਦੇ ਹਾਂ ਉੱਥੇ ਜਿੱਥੇ ਧਰਤੀ ਪਾਟੀ ਸੀ ਸੋ ਉਧਰੋਂ ਆਪਾਂ ਆਏ ਸੀਗੇ ਇਹ ਮੰਦਿਰ ਹੈ ਜੀ ਸ਼ੈੱਡ ਵੀ ਹੈ ਮੰਦਿਰ ਨੂੰ ਵੀ ਇਸ ਵੇਲੇ ਲੋਕ ਲੱਗਿਆ ਹੋਇਆ ਹੈ ਆਹ ਰਾਜਸਥਾਨ ਦੇ ਇੱਧਰ ਦੇ ਦਰਖਤ ਹਨ ਤੇ ਅੱਗੇ ਉਧਰ ਵੀ ਮੰਦਿਰ ਬਣਿਆ ਹੋਇਆ ਹੈ ਨਿੰਮ ਦਾ ਦਰਖਤ ਹਰਿਆ ਭਰਿਆ ਹੈ ਤੇ ਇੱਧਰ ਇਹ ਗੇਟ ਹੈ ਜੀ ਇੱਥੇ ਭਾਈ ਸਾਹਿਬ ਜੀ ਖੜੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਦਾ ਨਾਂ ਕੀ ਹੈ ਜੀ ਕੁਲਦੀਪ ਸਿੰਘ ਜੀ ਸੋ ਗੇਟ ਅੰਦਰ ਵੜਦੇ ਆਂ ਇਹ ਵੱਡੇ ਵੱਡੇ ਜਿਹੜੇ ਗੇਟ ਲੱਗੇ ਹਨ ਦਰਵਾਜ਼ੇ ਇਹ ਗੁਰਦੁਆਰਾ ਸਾਹਿਬ ਹੈ ਜੀ ਆਪਾਂ ਗੁਰੂ ਸਾਹਿਬ ਜੀ ਦੇ ਪਹਿਲਾਂ ਦਰਸ਼ਨ ਕਰ ਲਈਏ ਸੋ ਅੰਦਰ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀ ਦੇ ਪ੍ਰਕਾਸ਼ ਹਨ ਲਿਖਿਆ ਹੈ ਗੁਰਦੁਆਰਾ ਪੜ ਪਾਟਾ ਸਾਹਿਬ ਟਾਬਾਂ ਚਲਾਰ ਪਿੰਡ ਦਾ ਨਾਂ ਹੈ ਇੱਥੇ ਜੇ ਵੇਖੀਏ ਤੇ ਅੰਦਰ ਫਰਸ਼ ਵੀ ਨਹੀਂ ਪਿਆ ਗੁਰਦਵਾਰ ਸਾਹਿਬ 'ਚ ਸਾਦੀਆਂ ਇੱਟਾਂ ਦੇ ਨਾਲ ਉਹ ਟੀਪ ਕਹਿੰਦੇ ਹੁੰਦੇ ਸੀ ਉਹ ਕੀਤੀ ਹੋਈ ਐ ਬਹੁਤ ਸੋਹਣਾ ਸਥਾਨ ਹੈ ਬਾਹਰ ਆਈਏ ਤਾਂ ਇਹ ਸੋਹਣੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਹਾਂਜੀ ਕੈਮਰਾ ਬਹੁਤ ਵਧੀਆ ਲੱਗਾ ਤੁਹਾਨੂੰ ਪਹਿਲਾਂ ਫੋਟੋਆਂ ਖਿਚਾਉਣੀਆਂ ਵਾ ਜਿੱਦਣ ਜਿੱਦਾਂ ਕੈਮਰਾ ਘੁੰਮਦਾ ਉਹਦੇ ਕੋਮੀ ਜਾਣਾ ਤੁਸੀਂ ਹੁਣ ਇਹ ਗੁਰਦਵਾਰ ਸਾਹਿਬ ਦੇ ਪਿੱਛੇ ਵਿਹੜਾ ਹੈ ਜੀ ਤੇ ਜਿਹੜੀ ਤੁਸੀਂ ਸੀਮਿੰਟ ਦੀਆਂ ਕੰਧਾਂ ਦੇਖ ਰਹੇ ਆ ਹੁਣ ਲੰਗਰ ਹਾਲ ਵੱਡਾ ਬਣਿਆ ਹੋਇਆ ਹੈ ਇਥੇ ਵੀ ਕੀ ਹੋਇਆ ਸੀ ਉਹ ਵੀ ਤੁਹਾਨੂੰ ਬਾਅਦ ਚ ਦੱਸਦੇ ਆ ਉਹ ਲੰਗਰ ਬਣਾਉਣ ਵਾਸਤੇ ਉਧਰ ਗੇਟਾਂ ਦੇ ਅੰਦਰ ਥਾਂ ਹੈ ਬਾਲਣ ਸੋ ਲੰਗਰ ਹਾਲ ਦੇ ਵਿੱਚ ਇੱਕ ਨਲਕਾ ਹੈ ਜੀ ਸੋ ਪਾਣੀ ਨਿਕਲਦਾ ਵੇਖੋ ਇਹ ਪਾਣੀ ਕਿੱਥੋਂ ਆ ਰਿਹਾ ਜੀ ਅੱਛਾ ਥੱਲੇ ਟੈਂਕੀ ਹੈ ਸੋ ਇਹਦੇ ਥੱਲੇ ਹੀ ਟੈਂਕੀ ਉਹਦੇ ਵਿੱਚੋਂ ਪਾਣੀ ਕੱਢਣ ਵਾਲਾ ਨਵੀਂ ਟੈਕਨੀਕ ਹੈ ਵਧੀਆ ਜੀ ਵਧੀਆ ਤਾਂ ਹੀ ਜ਼ੋਰ ਨਹੀਂ ਲੱਗੰਦੇ ਆ ਸੋ ਸੰਗਤ ਜੀ ਹੁਣ ਇਹ ਸਥਾਨ ਪੜ ਪਾਟਾ ਸਾਹਿਬ ਜਿਸ ਨੂੰ ਕਿਹਾ ਜਾਂਦਾ ਹੈ ਇਹਦੀ ਗੱਲ ਕਰਦੇ ਹਾਂ ਪਿੰਡ ਦਾ ਨਾਂ ਤੁਹਾਨੂੰ ਦੱਸ ਦਿੱਤਾ ਹੈ ਪਿੰਡ ਦੇ ਬਜ਼ੁਰਗ ਸਾਡੇ ਵੀਰ ਗ੍ਰੰਥੀ ਸਾਹਿਬ ਇੱਥੇ ਖੜੇ ਹਨ ਇਹ ਭਾਈ ਸਾਹਿਬ ਜੀ ਇਸ ਗੱਲ ਦੇ ਚਸ਼ਮਦੀਦ ਗਵਾਹ ਹਨ ਅੱਜ ਭਾਈ ਨਰਾਇਣ ਸਿੰਘ ਜੀ ਹੁਣਾਂ ਦੀ ਉਮਰ 70 ਸਾਲ ਹੈ ਪਰ ਇਹ ਗੱਲ ਅਸਲ 'ਚ 1958 ਦੀ ਹੈ ਜੇ ਦੇਖਿਆ ਜਾਵੇ ਤੇ ਤਕਰੀਬਨ 64 ਸਾਲ ਹੋ ਚੁੱਕੇ ਹਨ ਇਸ ਗੱਲ ਨੂੰ ਤੇ ਭਾਈ ਸਾਹਿਬ ਵੀ ਦੱਸ ਰਹੇ ਸਨ ਕਿ ਬਚਪਨ ਦੇ ਵਿੱਚ ਛੋਟੇ ਜੇ ਸਨ ਕੁਝ ਜਦਾ ਇਹਨਾਂ ਦੀਆਂ ਆਪਣੀਆਂ ਹਨ ਕੁਝ ਇਹਨਾਂ ਨੂੰ ਵੱਡਿਆਂ ਨੇ ਦੱਸਿਆ ਕਿ ਇੱਥੇ ਅਸਲ ਵਿੱਚ ਹੋਇਆ ਕੀ ਸੀ 1958 ਦੀ ਗੱਲ ਹੈ ਜਦੋਂ ਇਸ ਇਲਾਕੇ ਵਿੱਚ ਬਹੁਤ ਭਾਰੀ ਮੀਂਹ ਪਿਆ ਹੁਣ ਜਿੱਥੇ ਅਸੀਂ ਖੜੇ ਆ ਆ ਪਿੱਛੇ ਤੁਹਾਨੂੰ ਦਿਖਾਈ ਦੇਗਾ ਕਿ ਛੱਪੜ ਹੈ ਛੱਪੜ ਬਹੁਤ ਨੀਵਾ ਹੈ ਆਲੇ-ਦੁਆਲੇ ਜ਼ਮੀਨ ਹੈ ਅਸੀਂ ਪਹਿਲਾਂ ਖੜੇ ਹੋ ਕੇ ਦੇਖਿਆ ਜਿਵੇਂ ਭਾਈ ਸਾਹਿਬ ਦੱਸ ਰਹੇ ਸਨ ਆਲੇ-ਦੁਆਲੇ ਦੀ ਜਿਹੜੀ ਜ਼ਮੀਨ ਹੈ ਉੱਚੀ ਹੈ ਤੇ ਪਿੰਡ ਇਹ ਜਿਹੜਾ ਹੈ ਨਾ ਇਹ ਨੀਵੇਂ ਥਾਂ ਹੈ ਜਦੋਂ ਬਹੁਤ ਭਾਰੀ ਮੀਂਹ ਪਿਆ ਭਾਵੇਂ ਕਿ ਥੋੜਾ ਥੋੜਾ ਰੇਤਲਾ ਇਲਾਕਾ ਹੈ ਸਾਰੇ ਪਾਸਿਆਂ ਦਾ ਪਾਣੀ ਇਕੱਠਾ ਹੋ ਕੇ ਪਿੰਡ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ ਪਿੰਡ ਵਾਲੇ ਲੋਕ ਘਬਰਾਏ ਹੁਣ ਕਿਉਂਕਿ ਰਾਹ ਕੋਈ ਨਹੀਂ ਹੈ ਲੋਕਾਂ ਨੂੰ ਲੱਗਾ ਕਿ ਸਾਡਾ ਪਿੰਡ ਹੁਣ ਡੁੱਬ ਜਾਏਗਾ ਪਾਣੀ ਤੋਂ ਬਚਾਉਣ ਦਾ ਇੱਕ ਹੀ ਤਰੀਕਾ ਸੀ ਕਿ ਜਿਹੜੇ ਪਿੰਡ ਵਿੱਚ ਖੂਹ ਹਨ ਨਾ ਉਹਦੀ ਕੰਧ ਤੋੜ ਦਿੱਤੀ ਜਾਵੇ ਪਾਣੀ ਜਿਹੜਾ ਹੈ ਖੂਹਾਂ ਦੇ ਵਿੱਚ ਜਾਣ ਲੱਗ ਪਏ ਧਰਤੀ ਦੇ ਥੱਲੇ ਚਲੇ ਜਾਵੇ ਪਰ ਉਹਦੇ ਵਿੱਚ ਫਿਰ ਰਿਸਕ ਕੀ ਹੁੰਦਾ ਹੈ ਜੇ ਇਦਾਂ ਹੋਏਗਾ ਪਾਣੀ ਪੀਣ ਵਾਸਤੇ ਨਹੀਂ ਬਚੇਗਾ ਪਰ ਉਸ ਵੇਲੇ ਰੱਬ ਜਾਣੇ ਕਿਹੜਾ ਪਿੰਡ ਦੇ ਵਿੱਚ ਕੋਈ ਜੀਵ ਵੱਸਦਾ ਹੋਏਗਾ ਜਿਸ ਦੀ ਅਰਦਾਸ ਉਸ ਦਰਗਾਹ ਚ ਕਬੂਲ ਹੋਈ ਹੋਏਗੀ ਕਿ ਰੱਬਾ ਬਚਾਲ ਹੈ ਇੰਨੇ ਹਨਾ ਆਪਾਂ ਕੁਦਰਤੀ ਜਦੋਂ ਅਚਾਨਕ ਆਫਤ ਪੈਂਦੀ ਹੈ ਕਿ हे ਵਾਹਿਗੁਰੂ ਜੀ ਬਚਾਲ ਹੈ ਹੁਣ ਸਾਡਾ ਕੋਈ ਨਹੀਂ ਹੈ ਪਿੰਡ ਤੋਂ ਤਕਰੀਬਨ 800 ਫੁੱਟ ਦੂਰ ਆਹ ਥਾਂ ਹੈ ਜਿੱਥੇ ਅਸੀਂ ਖੜੇ ਹਾਂ ਇਸ ਥਾਂ ਤੇ ਇਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਪਾਟ ਗਈ ਇੰਗਲਿਸ਼ ਦੇ ਵਿੱਚ ਇਸ ਨੂੰ ਅਸਲ 'ਚ ਸਿੰਕ ਹੋਲ ਕਹਿੰਦੇ ਹਨ ਅੱਜ ਕੱਲ ਜੇ ਤੁਸੀਂ ਸਿੰਕ ਹੋਲ ਦੀ ਵੀਡੀਓ YouTube ਤੇ ਸਰਚ ਕਰੋਗੇ ਨਾ ਤੁਹਾਨੂੰ ਉਹ ਵੀ ਸਰਚ 'ਚ ਆ ਜਾਏਗਾ ਕਿ ਕਿਵੇਂ ਪਾਣੀ ਧਰਤੀ ਪਾਟ ਜਾਂਦੀ ਹੈ ਗੋਲ ਜਿਹੇ ਤਰੀਕੇ ਦੇ ਨਾਲ ਤੇ ਪਾਣੀ ਉਹਦੇ ਵਿੱਚ ਖਪਣਾ ਸ਼ੁਰੂ ਹੋ ਜਾਂਦਾ ਥੱਲੇ ਜਾਣਾ ਸ਼ੁਰੂ ਹੋ ਜਾਂਦਾ ਪਰ ਗੱਲ ਇੱਥੇ ਦੀ ਕਰੀਏ 64 ਸਾਲ ਪਹਿਲਾਂ ਕੀ ਹੋਇਆ ਜਿਸ ਥਾਂ ਤੇ ਅਸੀਂ ਖੜੇ ਇਹ ਵੀ ਉਹ ਪਾਟੀ ਹੋਈ ਜ਼ਮੀਨ ਹੈ ਇਹ ਥਾਂ ਜਿਹੜਾ ਹੈ ਆਲੇ-ਦੁਆਲੇ ਨਾਲੋਂ ਇੱਥੇ ਦਰਖਤ ਹੀ ਦਰਖਤ ਸਨ ਸੰਗਣੀ ਝਿੜੀ ਸੀ ਦਰਖਤਾਂ ਦੀ ਅਚਾਨਕ ਜ਼ਮੀਨ ਪਾਟਣੀ ਸ਼ੁਰੂ ਹੋਈ ਔਰ ਪਾਣੀ ਉਹਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਉਹ ਜਿਹੜੇ ਦਰਖਤ ਸਨ ਝਿੜੀ ਸੰਗਣੀ ਉਹ ਦਰਖਤ ਲੋਕਾਂ ਦੇ ਵੇਂਦਿਆਂ ਵੇਂਦਿਆਂ ਹੀ ਜ਼ਮੀਨ ਦੇ ਥੱਲੇ ਜਾਣੇ ਸ਼ੁਰੂ ਹੋ ਗਏ ਸਾਰਾ ਪਿੰਡ ਦਾ ਪਾਣੀ ਇਲਾਕੇ ਦਾ ਪਾਣੀ ਇਹ ਥਾਂ ਖਿੱਚਣਾ ਸ਼ੁਰੂ ਕਰ ਦਿੱਤਾ ਇਸਨੇ ਕਿੰਨਾ ਵੀ ਮੀਂਹ ਪੈ ਜਾਏ ਜਦੋਂ ਜ਼ਮੀਨ ਦੇ ਵਿੱਚ ਇੱਕ ਇੱਕ ਇਕੜ ਤੋਂ ਵੱਧ ਡੇਢ ਏਕੜ ਦੇ ਕਰੀਬ ਥਾਂ ਹੀ 파ਟ ਜਾਏਗਾ ਤਾਂ ਉਹ ਸਾਰਾ ਪਾਣੀ ਆਪਣੇ ਵਿੱਚ ਸਮਾ ਸਕਦਾ ਹੈ ਇਹਨੂੰ ਸਿੰਕ ਹੋਲ ਕਹਿੰਦੇ ਹਨ ਕਾਰਨ ਕੋਈ ਵੀ ਹੋਇਆ ਇਹ ਜ਼ਮੀਨ 파ਟ ਗਈ ਪਿੰਡ ਦਾ ਬਚਾਅ ਹੋ ਗਿਆ ਅਸੀਂ ਅੱਜ 2023 ਦੇ ਵਿੱਚ ਖੜੇ ਹਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਬਜ਼ੁਰਗ ਉਹ ਨੌਜਵਾਨ ਉਸ ਸਮੇਂ 64 ਸਾਲ ਪਹਿਲਾਂ ਜਿਨ੍ਹਾਂ ਕੋਲ ਅੱਜ ਦੀ ਤਰ੍ਹਾਂ ਇੰਟਰਨੈਟ ਨਹੀਂ ਸੀ ਅੱਜ ਦੀ ਤਰ੍ਹਾਂ ਇਨਫੋਰਮੇਸ਼ਨ ਨਹੀਂ ਸੀ ਉਹ ਲੋਕ ਡਰ ਗਏ ਇਧਰ ਆਉਣ ਤੋਂ ਵੀ ਡਰਦੇ ਸਨ ਬਾਪੂ ਜੀ ਦੱਸ ਰਹੇ ਸਨ ਕਿ 85 ਫੁੱਟ 85 ਫੀਟ ਇੰਨੇ ਫੁੱਟ ਡੂੰਗਾ ਇਹ ਦੇ ਵਿੱਚ ਜਿਹੜਾ ਹੀ ਟੋਆ ਪੈ ਗਿਆ ਜ਼ਮੀਨ ਦੇ ਹੁਣ ਇੰਨਾ ਡੂੰਘਾ ਟੋਆ ਹੋਵੇ ਡਰ ਤਾਂ ਲੱਗਣਾ ਹੀ ਹੈ 85 ਫੁੱਟ ਦੇ ਵਿੱਚ ਜੇ ਅੱਜ ਦੇ ਤਰੀਕੇ ਨਾਲ ਅਸੀਂ 10 10 12 12 ਫੁੱਟ ਦੀਆਂ ਛੱਤਾਂ ਵੀ ਲਾਈਏ ਤਾਂ 7 8 ਮੰਜ਼ਲਾਂ ਪੈ ਜਾਂਦੀਆਂ ਹਨ ਤੇ 7 8 ਮੰਜ਼ਲਾਂ ਦੀ ਬਿਲਡਿੰਗ ਵੇਖੋ ਕਿੰਨੀ ਉੱਚੀ ਹੁੰਦੀ ਹੈ ਉਨਾਂ ਹੀ ਡੂੰਘਾ ਡਰੋਂਦਾ ਸੀ ਅੱਜ ਅੱਜ ਤਾਂ 20 ਫੁੱਟ ਹੈ ਇਹਨਾਂ ਨੇ ਦੱਸਿਆ ਕਿਉਂਕਿ ਰੇਤਲਾ ਇਲਾਕਾ ਸੀ ਹਨੇਰੀਆਂ ਆਣ ਆਣ ਕੇ ਰੇਤ ਮਿੱਟੀ ਉੱਡ ਉੱਡ ਕੇ ਇਹ ਭਰਨਾ ਸ਼ੁਰੂ ਹੋ ਗਿਆ ਅੱਜ ਵੀ ਮੀਆਂ ਦੇ ਦੇਣਾ ਵਿੱਚ ਬਹੁਤ ਸਾਰੀ ਮਿੱਟੀ ਆਲੇ ਦੁਆਲੇੋਂ ਖੁਰ ਕੇ ਇੱਥੇ ਆ ਜਾਂਦੀ ਹੈ ਬਹੁਤ ਸਮਾਂ ਤਾਂ ਲੋਕ ਡਰਦੇ ਰਹੇ ਫਿਰ ਹੌਲੀ ਹੌਲੀ ਇੱਥੇ ਪਾਣੀ ਖੜਾ ਹੋਇਆ ਹੁੰਦਾ ਸੀ ਤਾਂ ਪਿੰਡ ਦੇ ਲੋਕਾਂ ਨੇ ਆਪਣੇ ਪਸ਼ੂਆਂ ਨੂੰ ਉੱਥੋਂ ਪਾਣੀ ਪਿਉਣਾ ਸ਼ੁਰੂ ਕਰ ਦਿੱਤਾ ਤੇ ਬਾਪੂ ਜੀ ਦੱਸ ਰਹੇ ਸਨ ਜਿਹੜਾ ਪਸ਼ੂ ਪਾਣੀ ਪੀਂਦਾ ਸੀ ਉਹ ਬਿਮਾਰ ਹੋ ਜਾਂਦਾ ਸੀ ਇਤੋਂ ਮੇਰੇ ਲੋਕਾਂ ਦੇ ਮਨ ਵਿੱਚ ਇਹ ਬੈਠ ਗਿਆ ਕਿ ਇਹ ਕੋਈ ਭਗਤੀ ਸ਼ਕਤੀ ਵਾਲੀ ਥਾਂ ਹੈ ਤੇ ਇਥੋਂ ਅਸੀਂ ਪਸ਼ੂਆਂ ਨੂੰ ਵੀ ਪਾਣੀ ਨਹੀਂ ਪਿਉਣਾ ਫਿਰ ਇਸ ਅਸਥਾਨ ਨੂੰ ਉਹ ਸਤਕਾਰ ਦੇਣ ਲੱਗ ਪਏ ਹੌਲੀ ਹੌਲੀ ਇੱਥੇ ਮੰਦਿਰ ਤੇ ਗੁਰਦੁਆਰਾ ਵੀ ਬਣ ਗਿਆ ਅੱਜ ਵੀ ਜਿਵੇਂ ਆਪਾਂ ਪਹਿਲਾਂ ਵੇਖਿਆ ਬਾਹਰ ਦੋ ਮੰਦਿਰ ਬਣੇ ਹੋਏ ਹਨ ਹੁਣ ਸੋਨਾ ਗੁਰਦੁਆਰਾ ਸਾਹਿਬ ਵੀ ਇੱਥੇ ਬਣਿਆ ਹੋਇਆ ਹੈ ਮੰਦਿਰ ਦੇ ਬਾਹਰ ਵੀ ਵੱਡਾ ਸ਼ੈੱਡ ਹੈ ਤੇ ਇਧਰ ਗੁਰਦੁਆਰਾ ਸਾਹਿਬ ਦੇ ਕੋਲ ਜਿੱਥੇ ਅਸੀਂ ਖੜੇ ਹਾਂ ਜਿਹੜਾ ਗੁਰਦੁਆਰਾ ਸਾਹਿਬ ਜੀ ਦਾ ਥਾਂ ਹੈ ਇਸੇ ਥਾਂ ਨੂੰ ਹੀ ਹੁਣ ਕੁਛ ਥਾਂ ਨੂੰ ਪੂਰ ਕੇ ਗੁਰਦੁਆਰਾ ਸਾਹਿਬ ਤੇ ਇੱਥੇ ਹੀ ਲੰਗਰ ਹਾਲ ਬਣਾਇਆ ਹੋਇਆ ਹੈ ਪਿੱਛੇ ਅਜੇ ਵੀ ਤਕਰੀਬਨ ਇੱਕ ਕਿਲਾ ਥਾਂ ਹੈ ਜਿਸ ਦੇ ਵਿੱਚ ਅਜੇ ਵੀ ਉਹ ਨੀਵਾ ਥਾਂ ਹੈ ਪਾਣੀ ਖੜਾ ਹੈ 2017 ਦੇ ਵਿੱਚ ਇਹਨਾਂ ਦੇ ਵਿੰਦਿਆਂ-ਵਿੰਦਿਆਂ ਦੋ ਬਾਵਰੋਲਾ ਹੈ ਇੱਕ ਉਧਰੋਂ ਇੱਕ ਉਧਰੋਂ ਉਹ ਦੋ ਬਾਵਰੋਲੇ ਆਣ ਕੇ ਇੱਥੇ ਇਕੱਠੇ ਹੋ ਗਏ ਇੰਨੀ ਸ਼ਕਤੀ ਉਹ ਵਾਵਰੋਲਿਆਂ ਦੀ ਇਕੱਠੀ ਹੋਈ ਕਿ ਉਹ ਟੀਨਾ ਸਾਹਿਬ ਇਥੋਂ ਉਡਾ ਕੇ ਲੈ ਗਏ ਇਥੋਂ ਤੱਕ ਜਿਹੜਾ ਉਹ ਸ਼ੈੱਡ ਸੀਗਾ ਉਹਦੇ ਥੰਮ ਵੀ ਜਿਹੜੇ ਇਥੋਂ ਉਡਾ ਉਡਾ ਕੇ ਦੂਰ ਸੁੱਟ ਦਿੱਤੇ ਨਿਸ਼ਾਨ ਸਾਹਿਬ ਵੀ ਇਹਨਾਂ ਨੇ ਅੱਖਾਂ ਦੇ ਨਾਲ ਬਹੁਤ ਝੂਲਦਾ ਦੇਖਿਆ ਗੁਰਦੁਆਰਾ ਸਾਹਿਬ ਜੀ ਦੇ ਦਰਵਾਜ਼ੇ ਵੀ ਆਪ ਹੀ ਖੁੱਲ ਗਏ ਵੱਡੇ ਵੱਡੇ ਜਿਹੜੇ ਗੇਟ ਸਨ ਗੁਰੂ ਸਾਹਿਬ ਜੀ ਦੇ ਬਸਤਰ ਜਾਂ ਗੁਰੂ ਸਾਹਿਬ ਜੀ ਦਾ ਕੋਈ ਨੁਕਸਾਨ ਨਹੀਂ ਹੋਇਆ ਸੰਗਤ ਜੀ ਅਸੀਂ ਕਿਸੇ ਵਹਿਮ ਭਰਮ ਨੂੰ ਇੱਥੇ ਜਨਮ ਨਹੀਂ ਦੇਣਾ ਚਾਹੁੰਦੇ। ਇਹ ਸਿੰਕ ਹੋਲ ਵਿਦੇਸ਼ਾਂ ਵਿੱਚ ਬਹੁਤ ਸਾਰੇ ਹੁੰਦੇ ਹਨ। ਲੋਕ ਉੱਥੇ ਨਾ ਹੀ ਗੁਰਦੁਆਰਾ ਸਾਹਿਬ ਬਣਾਉਂਦੇ ਹਨ ਨਾ ਹੀ ਉਹਨਾਂ ਸਥਾਨਾਂ ਨੂੰ ਪੂਜਦੇ ਹਨ। ਜੇ ਉਸ ਦਿਨੇ ਧਰਤੀ ਨਾ 파ਟਦੀ ਤੇ ਪਿੰਡ ਨਹੀਂ ਸੀ ਬਚਣਾ। ਧਰਤੀ 파ਟ ਗਈ ਤਾਂ ਪਿੰਡ ਬਚ ਗਿਆ। ਭਾਈ ਤੇਰਾ ਘਰ ਬਚ ਜਾਵੇ, ਤੂੰ ਵੀ ਉਸ ਥਾਂ ਦਾ ਸਤਿਕਾਰ ਕਰੇਂਗਾ। ਪਿੰਡ ਵਾਲਿਆਂ ਨੇ ਉਸ ਸਥਾਨ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਮਸਿਆ ਇੱਥੇ ਬਹੁਤ ਲੱਗਦੀ ਹੈ। ਹਰ ਮਸਿਆ ਲੱਗਦੀ ਹੈ ਤੇ ਜਿਹੜਾ ਉਹ 파ਟਣ ਵਾਲਾ ਜ਼ਮੀਨ ਇਨਸੀਡੈਂਸ ਹੋਇਆ ਸੀ ਉਹ ਭਾਦਰੋਂ ਵਿੱਚ ਹੋਇਆ ਸੀ। ਇਹ ਤਕਰੀਬਨ ਅਗਸਤ ਜੁਲਾਈ ਦਾ ਮਹੀਨਾ ਆ ਜਾਂਦਾ ਹੈ ਉਦੋਂ ਹੋਣ ਕਰਕੇ ਜਿਹੜੀ ਭਾਦਰੋਂ ਦੀ ਮੱਸਿਆ ਹੈ ਉਹ ਸਭ ਤੋਂ ਵੱਧ ਭਰਦੀ ਹੈ 5-7000 ਬੰਦਾ ਇੱਥੇ ਇਕੱਠਾ ਹੁੰਦਾ ਹੈ ਇਹੋ ਜੇ ਇਨਸੀਡੈਂਸ ਇਹੋ ਜੇ ਕਾਰਨਾਮੇ ਕੌਤਕ ਕਰਾ ਮਾਤਾ ਕਹਿ ਲਓ ਇਹ ਤਾਂ ਦੁਨੀਆ 'ਚ ਵਾਪਰਦੇ ਰਹਿੰਦੇ ਹਨ ਲੋੜ ਹੈ ਜੇ ਸਿੱਖ ਨੂੰ ਤਾਂ ਉਹ ਹੈ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਜੁੜਨਾ ਤੇ ਆਪਣਾ ਜੀਵਨ ਗੁਰਮਤ ਅਨੁਸਾਰ ਘੜਤ ਕੜਨੀ ਸੋ ਸੰਗਤ ਜੀ ਇਹ ਇਥੋਂ ਦਾ ਇਤਿਹਾਸ ਹੈ ਤੇ ਬਾਪੂ ਜੀ ਕੁਝ ਹੋਰ ਕਹਿਣਾ ਚਾਹੁੰਦੇ ਆ ਜੀ ਤੁਹਾਨੂੰ ਤਾਂ ਸਭੀ ਸਾਰਾ ਤੁਸੀਂ ਕਹੀ ਦਿੱਤਾ ਹਾਂਜੀ ਪਰ ਜਿਹੜੀਆਂ ਇਹ ਗੱਲਾਂ ਬਿਲਕੁਲ ਸਹੀ ਐ ਕੁਝ ਸਹੀ ਅੱਖੀਂ ਦੇਖੀਆਂ ਨੇ ਉਹ ਸਾਡੇ ਬਜ਼ੁਰਗਾਂ ਨੇ ਦੱਸੀਆਂ ਦੱਸ ਰਹੇ ਸੀ ਬਾਪੂ ਜੀ ਹੁਣੀ ਕਿ 4500 ਦੇ ਕਰੀਬ ਵੋਟ ਹੈ ਤੇ ਇਥੇ ਹਰ ਕਮਿਊਨਿਟੀ ਹਰ ਕੌਮ ਦਾ ਮਨੁੱਖ ਰਹਿੰਦਾ ਹੈ ਔਰ ਸਾਰੇ ਰਲ ਮਿਲ ਕੇ ਰਹਿੰਦੇ ਹਨ ਔਰ ਇਹ ਗੱਲ ਜਿਹੜੀ ਹਰ ਪਿੰਡ ਹਰ ਸ਼ਹਿਰ ਦੇਸ਼ ਵਿਦੇਸ਼ ਵਿੱਚ ਲਾਗੂ ਹੋਣੀ ਚਾਹੀਦੀ ਹੈ ਮਾਨਸ ਕੀ ਜਾਤ ਸਭੈ ਇੱਕੇ ਪਹਿਚਾਨ ਬੋ ਸਾਡੇ ਗੁਰੂ ਸਾਹਿਬ ਨੇ ਤੇ ਸਮਝਾਇਆ ਇਹ ਹੈ ਕਿ ਧਰਮ ਕਿਸੇ ਦਾ ਕੋਈ ਹੋਵੇ ਰਹਿਣਾ ਪਿਆਰ ਦੇ ਨਾਲ ਹੈ ਨਫ਼ਰਤ ਕਿਸੇ ਨੂੰ ਨਹੀਂ ਕਰਨੀ ਧਰਮ ਆਪਣਾ ਆਪਣਾ ਦ੍ਰਿੜਤਾ ਦੇ ਨਾਲ ਨਿਭਾਉਣਾ ਹੈ ਬਾਪੂ ਜੀ ਭਾਈ ਸਾਹਿਬ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ